ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵੀਡੀਓ ਹੈ, ਇਹ ਵੀਡੀਓ ਨੰਬਰ 3 ਹੈ, ਜਿੱਥੇ ਆਪਾਂ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਜੀ। ਇਹ ਜਿਹੜੀ ਕਲਾਸ ਹੈ ਜੀ, ਪੇਪਰ 1 ਤੇ ਪੇਪਰ 2 ਦੋਵਾਂ ਲਈ ਹੀ ਯੂਸਫੁਲ ਹੈ। ਇਸ ਸੈਸ਼ਨ ਨੂੰ ਆਪਾਂ 24 ਦਸੰਬਰ 2021 ਦੇ ਵਿੱਚ ਜਿਹੜੀ ਪ੍ਰੀਖਿਆ ਹੋਣੀ ਹੈ ਜੀ ਤੁਹਾਡੀ ਪੀਐਸਟੈਟ ਦੀ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵੀਡੀਓ ਨੂੰ ਬਣਾ ਰਹੇ ਹਾਂ। ਸੋ ਦੋਸਤੋ, ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਹਜੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਹਨੂੰ ਬਲੈਕ ਜ਼ਰੂਰ ਕਰ ਦਿਓ ਜੀ। ਤੇ ਇਹਦੇ ਨਾਲ ਜਿਹੜਾ ਬੈਲ ਆਈਕਨ ਹੋਏਗਾ, ਤੁਸੀਂ ਉਹਨੂੰ ਵੀ ਪ੍ਰੈਸ ਕਰ ਲੈਣਾ ਹੈ। ਤੇ ਆਪਦੇ ਦੋਸਤਾਂ ਨੂੰ ਵੀ ਇਹ ਜਿਹੜਾ ਚੈਨਲ ਹੈ ਜੀ, ਉਹ ਜ਼ਰੂਰ ਸ਼ੇਅਰ ਕਰਨਾ ਹੈ ਤੇ ਵੀਡੀਓ ਪਸੰਦ ਆਉਂਦੀ ਹੋਵੇ ਤੇ ਇਹਨੂੰ ਲਾਈਕ ਵੀ ਜ਼ਰੂਰ ਕਰ ਲੈਣਾ ਹੈ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਇਸ ਤੋਂ ਪਹਿਲਾਂ ਆਪਾਂ 2 ਸੈਸ਼ਨ ਪੰਜਾਬੀ ਪੈਡਾਗੋਜੀ ਦੇ ਲੈ ਚੁੱਕੇ ਹਾਂ, 7 ਜਿਹੜੇ ਸੈਸ਼ਨ ਹੈਗੇ ਆ ਜੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਲੈ ਚੁੱਕੇ ਹਾਂ ਤੇ 2 ਸੈਸ਼ਨ ਹੈਗੇ ਆ ਅੰਗਰੇਜ਼ੀ ਪੈਡਾਗੋਜੀ ਦੇ ਲੈ ਚੁੱਕੇ ਹਾਂ। ਸੋ ਦੋਸਤੋ, ਉਮੀਦ ਕਰਦਾ ਤੁਸੀਂ ਉਹ ਸਾਰੇ ਸੈਸ਼ਨ ਜ਼ਰੂਰ ਵੇਖੇ ਹੋਣਗੇ। ਜੇਕਰ ਨਹੀਂ ਵੇਖੇ ਤਾਂ ਜ਼ਰੂਰ ਵੇਖਿਓ, ਕਿਉਂਕਿ ਉਹ ਜਿਹੜੇ ਪ੍ਰਸ਼ਨ ਹੈਗੇ ਆ ਜੀ ਕਾਫੀ ਇੰਪੋਰਟੈਂਟ ਨੇ, ਤੇ ਉਹ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਵਿਦ ਕਨਸੈਪਟ ਮੈਂ ਐਕਸਪਲੇਨ ਕੀਤੇ ਹੋਏ ਆ। ਸੋ ਦੋਸਤੋ, ਵੇਖਦੇ ਹਾਂ ਜਿਹੜੇ ਪ੍ਰਸ਼ਨ ਹੈਗੇ ਆ। ਪਹਿਲਾ ਪ੍ਰਸ਼ਨ, ਭਾਸ਼ਾ ਸਿੱਖਿਆ ਪੰਜਾਬੀ ਵਿੱਚ ਅਧਿਆਪਕ ਨੂੰ ਦੇਖਣ ਸੁਣਨ ਦੇ ਸਹਾਇਕ ਸਾਧਨ ਦੀ ਵਰਤੋਂ ਦੀ ਚੋਣ ਕਿਹੜੇ ਆਧਾਰ ਤੇ ਕਰਨੀ ਚਾਹੀਦੀ ਹੈ? ਸੋ ਭਾਸ਼ਾ ਸਿੱਖਿਆ ਮਤਲਬ ਕਿ ਲੈਂਗੁਏਜ ਟੀਚਿੰਗ ਦੀ ਗੱਲ ਕੀਤੀ ਜਾ ਰਹੀ ਹੈ। ਕਿਹੜੇ ਲੈਂਗੁਏਜ ਦੀ? ਪੰਜਾਬੀ ਲੈਂਗੁਏਜ ਦੀ। ਜਦੋਂ ਤੁਸੀਂ ਬੱਚਿਆਂ ਨੂੰ ਪੰਜਾਬੀ ਪੜਾਓਗੇ ਐਜ਼ ਅ ਟੀਚਰ, ਅਧਿਆਪਕ ਹੈ ਜਿਹੜਾ, ਹੈ ਨਾ, ਜਿਹੜਾ ਅਧਿਆਪਕ ਹੈ ਉਸਨੂੰ ਵੇਖਣ ਸੁਣਨ ਤੇ ਸਹਾਇਕ ਸਾਧਨ ਮਤਲਬ ਕਿ ਜਿਹੜੇ ਟੀਚਿੰਗ ਲਰਨਿੰਗ ਏਡਸ ਹੁੰਦੇ ਆ, ਠੀਕ ਹੈ ਜੀ, ਕਿਹੜੇ ਵਾਲੇ ਏਡ? ਵੇਖਣ ਸੁਣਨ ਵਾਲੇ, ਲਿਸਨਿੰਗ ਵਾਲੇ ਤੇ ਵੇਖਣ ਵਾਲੇ, ਵਿਜ਼ੂਅਲ ਏਡਸ। ਉਹਦੀਆਂ ਜਿਹੜੀਆਂ ਸਾਧਨ ਦੀ ਵਰਤੋਂ ਜਿਹੜੀ ਚੋਣ ਕਿਹੜੇ ਆਧਾਰ ਤੇ ਤੁਸੀਂ ਕਰਨੇ ਚਾਹੋਗੇ? ਠੀਕ ਹੈ ਨਾ ਜੀ, ਮਤਲਬ ਕਿ ਜਦੋਂ ਤੁਸੀਂ ਬੱਚਿਆਂ ਨੂੰ ਪੜਾਉਣਾ ਹੈ, ਕੀ ਪੜਾਉਣਾ ਹੈ? ਪੰਜਾਬੀ ਪੜਾਉਣੀ ਹੈ ਬੱਚਿਆਂ ਨੂੰ। ਬੱਚਿਆਂ ਨੂੰ ਤੁਸੀਂ ਪੜਾਉਣ ਲਈ ਟੀਚਿੰਗ ਦਾ ਜਿਹੜਾ ਵੀ ਏਡ ਯੂਜ਼ ਕਰਨਾ ਹੈ ਵੇਖਣ ਤੇ ਸੁਣਨ ਵਾਲਾ, ਤੁਸੀਂ ਉਹਨਾਂ ਦੀ ਜਿਹੜੀ ਚੋਣ ਹੈ ਕਿਵੇਂ ਕਰੋਗੇ? ਦੇਖਣ ਸੁਣਨ ਸਾਧਨ ਦੀ ਕੋਈ ਵਿਦਿਅਕ ਮੁੱਲ ਦਾ ਕੋਈ ਵਿਦਿਅਕ ਮੁੱਲ ਹੋਣਾ ਚਾਹੀਦਾ ਹੈ, ਜਾਂ ਫਿਰ ਦੇਖਣ ਸੁਣਨ ਉਪਰੋਕਤ ਦੀਆਂ ਲੋੜਾਂ ਦੇ ਅਨੁਕੂਲ ਹੋਵੇ। ਮਤਲਬ ਇਹ ਕਿ ਜਿਹੜੇ ਵੀ ਸਟੂਡੈਂਟ ਹੋਣਗੇ, ਜਿਹੜੇ ਪੀਪਲ ਹੋਣਗੇ, ਜਿਹੜੇ ਵਿਦਿਆਰਥੀ ਹੋਣਗੇ, ਤੁਸੀਂ ਜਿਹੜਾ ਵੀ ਉਪਕਰਨ ਯੂਜ਼ ਕਰਨਾ ਹੈ ਨਾ, ਉਹਨਾਂ ਦੇ ਮਤਲਬ ਕਿ ਅਨੁਕੂਲ ਹੋਵੇ, ਉਹਨਾਂ ਦੇ ਲੈਵਲ ਦਾ ਹੋਵੇ। ਜਾਂ ਫਿਰ ਆਪਸ਼ਨ ਨੰਬਰ ਸੀ, ਦੇਖਣ ਸੁਣਨ ਸਾਧਨ ਅਸਲੀ ਵਸਤੂ ਦੀ ਸੱਚੀ, ਠੀਕ ਅਤੇ ਅਸਲੀ ਬਦਲ ਨੂੰ ਪੇਸ਼ ਕਰੇ, ਜਾਂ ਫਿਰ ਉਪਰੋਕਤ ਸਾਰੇ ਹੀ। ਸੋ ਦੋਸਤੋ, ਇਹਦੇ ਵਿੱਚ ਜਿਹੜਾ ਤੁਹਾਡਾ ਜਵਾਬ ਹੈ ਜੀ, ਉਹ ਬਿਲਕੁਲ ਹੀ ਸਹੀ ਕਿਹੜਾ ਹੋਏਗਾ ਜੀ? ਆਪਸ਼ਨ ਨੰਬਰ ਡੀ। ਕਿਉਂ ਆਪਸ਼ਨ ਨੰਬਰ ਡੀ ਸਹੀ ਹੋਏਗਾ? ਕਿਉਂਕਿ ਜਿਹੜਾ ਵੀ ਆਪਾਂ ਐਜ਼ ਅ ਟੀਚਰ ਆਪਾਂ ਕੋਈ ਵੀ ਰਿਸੋਰਸ ਯੂਜ਼ ਕਰ ਰਹੇ ਹਾਂ, ਜਾਂ ਫਿਰ ਟੀਚਿੰਗ ਲਰਨਿੰਗ ਮਟੀਰੀਅਲ ਹੈ ਉਹ ਯੂਜ਼ ਕਰ ਰਹੇ ਹਾਂ, ਤੇ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਾਂਗੇ ਕਿ ਜਿਹੜਾ ਵੀ ਵਿਦਿਅਕ ਮੁੱਲ ਹੈ ਜਾਂ ਫਿਰ ਕਹਿ ਲਓ ਓਬਜੈਕਟਿਵਸ ਹੈਗੇ ਆ ਆਪਾਂ ਜੋ ਕੁਝ ਪੜ੍ਹਾ ਰਹੇ ਹਾਂ ਉਹ ਪੂਰਾ ਹੋਣਾ ਚਾਹੀਦਾ ਹੈ। ਬੱਚਿਆਂ ਦੀਆਂ ਕਹਿ ਲਓ ਜਿਹੜਾ ਲੈਵਲ ਹੈ ਉਹਨਾਂ ਦੇ ਕੀ ਕਹਿਣਾ ਚਾਹੀਦਾ ਜੀ, ਮਤਲਬ ਕਿ ਉਹ ਉਹਨਾਂ ਦੇ ਲੈਵਲ ਦਾ ਹੋਵੇ, ਇਹੋ ਜਿਹੀ ਕੋਈ ਗੱਲ ਨਾ ਹੋਵੇ ਕਿ ਉਹਨਾਂ ਨੂੰ ਜਿਹੜੀ ਚੀਜ਼ ਸਮਝ ਹੀ ਨਾ ਲੱਗੇ, ਤੇ ਜਿਹੜੀ ਵੀ ਚੀਜ਼ ਆਪਾਂ ਉਹਨਾਂ ਨੂੰ ਵਿਖਾਵਾਂਗੇ ਵੇਖਣ ਸੁਣਨ ਲਈ, ਮਤਲਬ ਕਿ ਜਿਹੜੇ ਵੀ ਆਪਾਂ ਮਟੀਰੀਅਲ ਤੋਂ ਉਹਨਾਂ ਨੂੰ ਪੜਾਉਣਾ ਹੈ ਉਹ ਜਿਹੜੀ ਵਸਤੂ ਹੋਵੇ ਸੱਚੀ ਹੋਵੇ, ਰੀਅਲ ਲਾਈਫ ਦੇ ਨਾਲ ਕੋਰੀਲੇਟ ਕਰਦੀ ਹੋਵੇ, ਠੀਕ ਹੋਵੇ, ਐਕੋਰੇਟ ਹੋਵੇ, ਤੇ ਅਸਲੀ ਬਦਲ ਨੂੰ ਪੇਸ਼ ਕਰੇ। ਮਤਲਬ ਕਿ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜੀ, ਮਤਲਬ ਰੀਅਲ ਲਾਈਫ ਰੀਅਲ ਜਿਹੜੀਆਂ ਚੀਜ਼ਾਂ ਨੇ ਜੀ, ਉਹਨਾਂ ਨੂੰ ਮਤਲਬ ਵਿਖਾਵੇ ਉਹਨਾਂ ਬਾਰੇ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ? ਸਹੀ ਜਵਾਬ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਪੰਜਾਬੀ ਅਧਿਆਪਨ ਦੀ ਕਿਹੜੀ ਉਪਚਾਰੀ ਵਿਧੀ ਵਰਤੋਂ ਕੀਤੀ ਜਾਂਦੀ ਹੈ? ਸੋ ਦੋਸਤੋ, ਇਹ ਸੈਸ਼ਨ ਮਤਲਬ ਕਿ ਆਹ ਪ੍ਰਸ਼ਨ ਦੱਸਣ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ ਇੱਥੇ ਥੋੜ੍ਹੀ ਬਹੁਤ ਨਾ ਕਹਿ ਲਓ ਕਿ ਮਿਸਟੇਕ ਹੋਈ ਆ, ਜਿਵੇਂ ਕਿ ਉਪਕਰਨ ਇੱਥੇ ਮਾੜੀ ਮੋਟੀ ਟਾਈਪਿੰਗ ਦੇ ਵਿੱਚ ਥੋੜ੍ਹਾ ਬਹੁਤ ਐਰਰ ਹੋਇਆ, ਬਟ ਤੁਸੀਂ ਉਹਨੂੰ ਇਗਨੋਰ ਕਰਿਓ ਅਤੇ ਆਪਣਾ ਜਿਹੜਾ ਕਨਸੈਪਟ ਹੈ ਉਹਨੂੰ ਮਤਲਬ ਕਿ ਸਮਝਣ ਦੀ ਕੋਸ਼ਿਸ਼ ਕਰਿਓ। ਇੱਥੇ ਆਪਾਂ ਦੁਬਾਰਾ ਕੁਐਸਚਨ ਪੜ੍ਹ ਲੈਂਦੇ ਹਾਂ, ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਪੰਜਾਬੀ ਅਧਿਆਪਨ ਦੀ ਕਿਹੜੀ ਉਪਚਾਰੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? ਸੋ ਇੱਥੇ ਕੀ ਗੱਲ ਕੀਤੀ ਜਾ ਰਹੀ ਹੈ ਜੀ, ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ, ਤਰੁੱਟੀਆਂ ਕੀ ਹੁੰਦੀਆਂ ਜੀ? ਮਿਸਟੇਕਸ ਕਹਿ ਲਓ, ਠੀਕ ਹੈ ਨਾ ਜੀ। ਸੋ ਜਾਂ ਫਿਰ ਕਹਿ ਲਓ ਕਿ ਜਿਹੜਾ ਬੱਚਾ ਪੜ੍ਹ ਰਿਹਾ, ਠੀਕ ਹੈ ਨਾ ਜੀ, ਸੋ ਉਹਨੂੰ ਕੋਈ ਟੌਪਿਕ ਨਹੀਂ ਸਮਝ ਲੱਗਿਆ, ਠੀਕ ਹੈ ਨਾ ਜੀ, ਸੋ ਉਹਨੂੰ ਦੂਰ ਕਰਨ ਲਈ ਜਿਹੜਾ ਪੰਜਾਬੀ ਅਧਿਆਪਨ ਦੀ ਕਿਹੜੀ ਉਪਚਾਰੀ ਵਿਧੀ? ਉਪਚਾਰੀ ਵਿਧੀ ਦਾ ਮਤਲਬ ਹੈ ਜੀ ਕਿ ਤੁਸੀਂ ਜਿਵੇਂ ਕਿ ਇੱਥੇ ਰਿਮੀਡੀਅਲ ਟੀਚਿੰਗ ਦੀ ਗੱਲ ਕੀਤੀ ਜਾ ਰਹੀ ਹੈ, ਸੋ ਇਹਦੇ ਵਿੱਚੋਂ ਤੁਸੀਂ ਰਿਮੀਡੀਅਲ ਟੀਚਿੰਗ ਜਦੋਂ ਤੁਸੀਂ ਕਰੋਗੇ ਉਹ ਕਿਹੜੀ ਵਿਧੀ ਦੀ ਵਰਤੋਂ ਕਰੋਗੇ? ਗੁੱਟੀ ਉਪਚਾਰ ਵਿਧੀ, ਵਿਅਕਤੀਗਤ ਉਪਚਾਰ ਵਿਧੀ, ਜਾਂ ਫਿਰ ਕਹਿ ਲਓ ਸਮੂਹਿਕ ਉਪਚਾਰ ਵਿਧੀ, ਜਾਂ ਫਿਰ ਉਪਰੋਕਤ ਸਾਰੇ ਹੀ? ਸੋ ਦੋਸਤੋ, ਇਹਦਾ ਜਿਹੜਾ ਜਵਾਬ ਹੋਏਗਾ ਜੀ, ਇਹਦਾ ਜਵਾਬ ਹੋਏਗਾ ਸਾਰੇ, ਮਤਲਬ ਕਿ ਜਿਹੜੀ ਉਪਚਾਰ ਵਿਧੀ ਤੁਸੀਂ ਵਰਤੋਂ ਕਰੋਗੇ ਨਾ ਉਹ ਸਾਰੇ ਹੀ ਹੋਣਗੇ, ਠੀਕ ਹੈ ਨਾ ਜੀ, ਭਾਵੇਂ ਵਿਅਕਤੀਗਤ ਹੋਵੇ, ਸਮੂਹਿਕ ਹੋਵੇ। ਸੋ ਦੋਸਤੋ, ਆਪਸ਼ਨ ਨੰਬਰ ਬੀ ਤੇ ਸੀ ਵੀ ਗਲਤ ਸਹੀ ਹੈਗੇ ਜੀ, ਇਹ ਵੀ ਸਹੀ ਹੈ, ਉਪਰੋਕਤ ਸਾਰੇ ਹੀ ਇਹਦਾ ਜਵਾਬ ਹੋਏਗਾ ਜੀ, ਸਹੀ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ ਨੰਬਰ 3 ਹੈ, ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ
ਡਾਈਸਪ ਦਾ ਆਧੁਨਿਕ ਰੂਪ ਵਾਲਾ ਸਾਧਨ ਕਿਹੜਾ ਹੈ ਜੀ। ਸੋ ਦੋਸਤੋ ਇਹਦੇ ਵਿੱਚ ਤੁਹਾਨੂੰ ਇੱਕ ਜਿਹੜਾ ਇਹ ਮਟੀਰੀਅਲ ਹੈ ਇਹਦੇ ਵਿੱਚ ਇਹ ਪੁੱਛਿਆ ਜਾ ਰਿਹਾ ਹੈ। ਸੋ ਇਹਦੇ ਵਿੱਚ ਕੀ ਹੋਏਗਾ, ਓਵਰਹੈਡ ਪ੍ਰੋਜੈਕਟਰ, ਟੈਲੀਵਿਜ਼ਨ, ਕੰਪਿਊਟਰ ਜਾਂ ਫਿਰ ਇਹਨਾਂ ਵਿੱਚ ਕੋਈ ਵੀ ਨਹੀਂ। ਸੋ ਦੋਸਤੋ ਇਹਦਾ ਜਿਹੜਾ ਜਵਾਬ ਹੈ ਜੀ ਉਹ ਹੈ ਓਵਰਹੈਡ ਪ੍ਰੋਜੈਕਟਰ, ਠੀਕ ਹੈ ਜੀ। ਸੋ ਇਹਨੂੰ ਕਿਹਾ ਜਾਂਦਾ ਕਿ ਜਾਦੂ ਦੀ ਲਾਲਟੇਨ ਅਤੇ ਐਪੀਡਾਈਸੈਕਸ ਦਾ ਜਿਹੜਾ ਆਧੁਨਿਕ ਜਿਹੜਾ ਰੂਪ ਵਾਲਾ ਸਾਧਨ ਹੈ ਇਹਨੂੰ ਇਹ ਕਿਹਾ ਜਾਂਦਾ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਬੱਚਿਆਂ ਨੂੰ ਅੱਖਰ ਰਚਨਾ ਲਿਖਤ ਸਿਖਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਸਹੀ ਹੈ, ਠੀਕ ਹੈ ਜੀ। ਲਿਖੇ ਅੱਖਰ ਉੱਤੇ ਕਲਮ ਚਲਾਉਣਾ ਜਾਂ ਫਿਰ ਬੋਲ ਲਿਖਿਤ ਵਿਧੀ, ਵੇਖ ਲਿਖਿਤ ਵਿਧੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਦੋਸਤੋ ਜੇਕਰ ਤੁਸੀਂ ਬੱਚਿਆਂ ਨੂੰ ਮਤਲਬ ਕਿ ਅੱਖਰ ਰਚਨਾ ਕਰਾਉਣੀ ਹੈ ਤਾਂ ਉਹਦੇ ਲਈ ਤੁਸੀਂ ਕਿਹੜਾ ਮੈਥਡ ਯੂਜ਼ ਕਰੋਗੇ, ਠੀਕ ਹੈ ਜੀ। ਸੋ ਉਹਦੇ ਲਈ ਜਿਹੜਾ ਤੁਸੀਂ ਮੈਥਡ ਹੈ ਜੀ ਉਹ ਯੂਜ਼ ਕਰੋਗੇ ਕਿਹੜਾ ਜੀ, ਲਿਖੇ ਅੱਖਰ ਉੱਤੇ ਕਲਮ ਚਲਾਉਣਾ। ਸੋ ਇਹ ਜਿਹੜਾ ਮੈਥਡ ਹੈ ਜੀ ਇਹ ਬਹੁਤ ਵਧੀਆ ਹੈ ਜੇਕਰ ਤੁਸੀਂ ਬੱਚਿਆਂ ਨੂੰ ਅੱਖਰ ਰਚਨਾ ਦੀ ਜਿਹੜੀ ਗੱਲ ਹੈ ਜੀ ਉਹ ਸਿਖਾਉਣੀ ਹੈ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਜਿਹਾ ਦੁੱਧ ਤੇਹੀ ਬੁੱਧ ਅਖਾਣ ਕਿਹੜੇ ਅਰਥਾਂ ਦੀ ਧਾਰਨੀ ਹੈ। ਸੋ ਦੋਸਤੋ ਮਾਫੀ ਚਾਹੁੰਦਾ, ਇੱਥੇ ਨਾ ਕੁਝ ਟਾਈਪਿੰਗ ਦੇ ਵਿੱਚ ਮਿਸਟੇਕ ਹੋਈ ਆ, ਕਾਫੀ ਸਾਰੇ ਜਿਹੜੇ ਵਰਡ ਹੈਗੇ ਆ ਜੀ ਉਹ ਇੱਥੇ ਮੈਨੂੰ ਵਿਖ ਨਹੀਂ ਰਹੇ। ਸੋ ਜਿਹਾ ਦੁੱਧ ਤੇਹੀ ਬੁੱਧ ਅਖਾਣ ਕਿਹੜੇ ਅਰਥਾਂ ਦੀ ਧਾਰਨੀ ਹੈ। ਜਿਹਾ ਦੁੱਧ ਪਿਓਗੇ ਅਕਲ ਇਹੋ ਜਿਹੀ ਹੋਈ ਹੋਵੇਗੀ ਜਾਂ ਫਿਰ ਦੁੱਧ ਪੀਣ ਨਾਲ ਬੁੱਧੀ ਤੇਜ਼ ਹੁੰਦੀ ਹੈ, ਜਿਹਾ ਕਰੋਗੇ ਤਿਹਾ ਭਰੋਗੇ ਜਾਂ ਫਿਰ ਮਾਂ ਦੇ ਸੁਭਾਅ ਦੇ ਆਦਤਾਂ ਦਾ ਅਸਰ ਧੀਆਂ ਪੁੱਤਾਂ 'ਤੇ ਹੁੰਦਾ ਹੈ। ਸੋ ਦੋਸਤੋ ਇਹਦਾ ਜਿਹੜਾ ਜਵਾਬ ਹੈ ਜੀ ਉਹ ਕੀ ਹੋਏਗਾ ਜੀ, ਇਹ ਵੈਸੇ ਗ੍ਰਾਮੈਟੀਕਲ ਬੇਸਡ ਪ੍ਰਸ਼ਨ ਹੈ ਜੀ। ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਡੀ, ਵੀ ਮਾਂ ਦਾ ਜਿਹੋ ਜਿਹਾ ਸੁਭਾਅ ਹੋਊਗਾ ਨਾ, ਮਾਂ ਦਾ ਸੁਭਾਅ ਅਤੇ ਆਦਤਾਂ ਜਿਹੜਾ ਅਸਰ ਹੋਊਗਾ ਉਹ ਧੀਆਂ ਪੁੱਤਾਂ 'ਤੇ ਵੀ ਹੁੰਦਾ ਹੈ, ਮਤਲਬ ਕਿ ਜਿਹਾ ਦੁੱਧ ਤੇਹੀ ਬੁੱਧ ਅਖਾਣ, ਮਤਲਬ ਇਹਦਾ ਇਹ ਅਰਥ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ ਅਤੇ ਵੇਖਦੇ ਹਾਂ ਜੀ ਕੀ ਹੈ। ਇਹ ਵੀ ਇੱਕ ਗ੍ਰਾਮੈਟੀਕਲ ਪ੍ਰਸ਼ਨ ਹੈ ਜੀ ਜਿਹੜਾ ਕਿ ਤੁਹਾਡੇ ਪ੍ਰੀਵੀਅਸ ਸੀਟ ਦੇ ਵਿੱਚੋਂ ਹੀ ਆਇਆ ਹੈ। ਪੰਜਾਬੀ ਭਾਸ਼ਾ ਦੀ ਵਿਅੰਜਨ ਦੁਨੀਆ ਵਿੱਚੋਂ ਫਟਕਵਾਂ ਵਿਅੰਜਨ ਕਿਹੜਾ ਹੈ। ਸੋ ਜਿਹੜਾ ਵੀ ਵਿਅੰਜਨ ਤੁਸੀਂ ਇਹਨਾਂ ਵਿੱਚ ਬੋਲਣਾ ਹੈ ਇੱਕ ਵਾਰ ਬੋਲ ਕੇ ਵੇਖੋ ਅਤੇ ਫਟਕਵੀਂ ਆਵਾਜ਼ ਕਿਹੜੇ ਵਿੱਚ ਆਉਂਦੀ ਹੈ, ਜਿਵੇਂ ਕਿ ਰਾਰਾ, ਫੱਫਾ, ਖੱਖਾ ਅਤੇ ਡਾੜਾ। ਸੋ ਆਵਾਜ਼ ਜਿਹੜੀ ਫਟਕਵੀਂ ਆਵਾਜ਼ ਆ ਰਹੀ ਹੈ ਉਹ ਕਿੱਥੇ ਆ ਰਹੀ ਹੈ ਜੀ, ਆਪਸ਼ਨ ਨੰਬਰ ਡੀ ਦੇ ਵਿੱਚ। ਆਪਸ਼ਨ ਨੰਬਰ ਡੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ 'ਤੇ ਭਾਸ਼ਾਈ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸੋ ਦੋਸਤੋ ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ 'ਤੇ ਭਾਸ਼ਾਈ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਜੀ ਉਹਨਾਂ ਨੂੰ ਆਪਾਂ ਕਿੰਨੇ ਭਾਗਾਂ 'ਚ ਵੰਡਦੇ ਆ ਜੀ, ਉਹਨਾਂ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੋਏਗਾ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਦੁੱਤ ਅੱਖਰਾਂ ਦੀ ਚੋਣ ਕਰੋ। ਸੋ ਤੁਸੀਂ ਦੱਸਣਾ ਹੈ ਕਿ ਇਹਦੇ ਵਿੱਚ ਦੁੱਤ ਅੱਖਰ ਕਿਹੜੇ ਨੇ। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਮੈਂ ਤੁਹਾਨੂੰ ਉਹੀ ਦੱਸੂੰਗਾ। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਹਾਹਾ ਰਾਰਾ ਵਾਹ ਵਾਹ। ਸੋ ਦੋਸਤੋ ਇਹ ਅੱਖਰ ਉਹ ਹੁੰਦੇ ਹੈਗੇ ਆ ਜੀ ਜਿਹੜੇ ਕਿ ਪੈਰ ਦੇ ਵਿੱਚ ਵੀ ਪੈਂਦੇ ਆ, ਠੀਕ ਹੈ ਜੀ। ਇਹਨਾਂ ਤੁਸੀਂ ਯਾਦ ਕਰ ਲਿਓ, ਦੁੱਤ ਅੱਖਰ ਉਹ ਹੁੰਦੇ ਆ ਜਿਹੜੇ ਕਿ ਪੈਰ ਵਿੱਚ ਪੈਂਦੇ ਆ, ਜਿਵੇਂ ਕਿ ਮੈਂ ਤੁਹਾਨੂੰ ਹਾਹਾ ਰਾਰਾ ਵਾਹ ਵਾਹ ਹੈ ਨਾ, ਜਿਵੇਂ ਕਿ ਮੈਂ ਤੁਹਾਨੂੰ ਜਿਵੇਂ ਪ੍ਰਭੂ ਇਹਦੇ ਪੈਰ ਦੇ ਵਿੱਚ ਅੱਖਰ ਪੈ ਰਿਹਾ, ਪ੍ਰਾਰਥਨਾ, ਪ੍ਰਸਿੱਧ, ਪ੍ਰੀਤ। ਸੋ ਇਹ ਸਾਰੇ ਕੀ ਹੈ ਜੀ, ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਦੋ ਤੱਕਰ ਹੈਗੇ ਆ, ਹਾਹਾ ਰਾਰਾ ਵਾਵਾ। ਇਹ ਤੁਸੀਂ ਯਾਦ ਕਰ ਲਿਓ ਜੀ। ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹ ਵੀ ਗ੍ਰਾਮੈਟੀਕਲ ਬੇਸਡ ਪ੍ਰਸ਼ਨ ਹੈ। ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖਿਆ ਪੰਜਾਬੀ ਵਿਅੰਜਨ ਦੁਨੀਆਂ ਵਿੱਚੋਂ ਉਲਟ ਜੀਵੀ ਦੁਨੀਆਂ ਦੀ ਚੋਣ ਕਰੋ, ਜਿਹੜੇ ਕਿ ਉਹ ਤੁਸੀਂ ਆਪ ਹੀ ਅੱਖਰ ਬੋਲ ਕੇ ਵੇਖੋ ਕਿ ਉਹ ਉਲਟ ਜੀਵੀ ਹੋ ਜਾਣੀ ਆ ਤੁਹਾਡੀ, ਹੈ ਨਾ। ਸੋ ਇਹਦਾ ਮੈਂ ਤੁਹਾਨੂੰ ਸਿੱਧਾ ਸਹੀ ਜਵਾਬ ਦੱਸੂੰਗਾ ਜੀ, ਇਹਦੇ ਵਿੱਚ ਵੀ ਕੋਈ ਪੈਡਾਗੋਜੀ ਦਾ ਪ੍ਰਸ਼ਨ ਨਹੀਂ ਹੈਗਾ। ਸੋ ਮੈਂ ਇੱਥੇ ਕੋਈ ਐਕਸਪਲੇਨ ਨਹੀਂ ਕਰੂੰਗਾ। ਟੈਂਕਾ, ਠੱਠਾ, ਡੱਡਾ, ਢੱਡਾ, ਜਦੋਂ ਤੁਸੀਂ ਆਪ ਇਹਨੂੰ ਬੋਲ ਕੇ ਵੇਖੋ, ਤੁਸੀਂ ਸੈਸ਼ਨ ਵੇਖ ਰਹੇ ਹੋ ਨਾ, ਇਹਨੂੰ ਇੱਕ ਵਾਰ ਬੋਲ ਕੇ ਵੇਖੋ, ਤੁਹਾਡੀ ਜੀਵ ਆ ਜਿਹੜੀ ਉਲਟੀ ਹੋ ਜਾਏਗੀ। ਸੋ ਦੋਸਤੋ ਇਹਦਾ ਜਵਾਬ ਕੀ ਹੈ ਜੀ, ਆਪਸ਼ਨ ਨੰਬਰ ਸੀ ਇਸਦਾ ਰਾਈਟ ਆਂਸਰ। ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਉਚਾਰਨ ਸਥਾਨ ਦੇ ਆਧਾਰ 'ਤੇ ਹੇਠ ਲਿਖੇ ਵਿੱਚ ਸਵਰਾਂ ਵਿੱਚੋਂ ਅਗਲੇਰੇ ਸਵਰ ਕਿਹੜੇ ਹੈਗੇ ਆ, ਜਿਵੇਂ ਕਿ ਤੁਹਾਨੂੰ ਪਤਾ ਹੈ ਜਿਵੇਂ ਕਿ ਜੇ ਆਪਾਂ ਵਿਅੰਜਨ ਦੀ ਗੱਲ ਕਰੀਏ, ਜਿਹੜੇ ਕਿ ਵਿਅੰਜਨ ਹੈਗੇ ਆ ਜੀ, ਜੇਕਰ ਆਪਾਂ ਵਿਅੰਜਨ ਦੀ ਗੱਲ ਕਰਦੇ ਹਾਂ ਤੇ ਕਾਫੀ ਸਾਰੇ ਵਿਅੰਜਨ ਇਹੋ ਜਿਹੇ ਹੈਗੇ ਆ ਜਿਹੜੇ ਕਿ ਸ਼ਬਦ ਹੈ ਅੱਖਰ ਹੈਗੇ ਆ, ਜਦੋਂ ਆਪਾਂ ਉਹਨਾਂ ਨੂੰ ਬੋਲਦੇ ਹਾਂ ਤੇ ਉਹਨਾਂ ਦੇ ਬੋਲ ਦੇ ਆਧਾਰ 'ਤੇ ਉਹਨਾਂ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਕਿ ਆਹ ਵਾਲੇ ਵਿਅੰਜਨ ਹੈਗੇ ਆ। ਸੋ ਇਸੇ ਤਰ੍ਹਾਂ ਹੀ ਕੁਝ ਇਹੋ ਜਿਹੇ ਤੁਸੀਂ ਸਵਰ ਦੱਸਣੇ ਆ ਜਿਹੜੇ ਕਿ ਅਗਲੇਰੇ ਸਵਰ ਹੁੰਦੇ ਆ। ਸੋ ਦੋਸਤੋ ਇਹਦਾ ਜਿਹੜਾ ਜਵਾਬ ਹੋਏਗਾ ਜੀ ਉਹ ਕੀ ਹੋਏਗਾ ਜੀ, ਇਹਦੇ ਵਿੱਚ ਹੈ ਬਿਹਾਰੀ, ਲਾਵਾਂ ਅਤੇ ਦਲਾਵਾਂ, ਠੀਕ ਹੈ ਨਾ ਜੀ। ਸੋ ਇਹਦਾ ਇਹੀ ਜਵਾਬ ਸਹੀ ਹੋਏਗਾ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਦੋਹਰੇ ਪੁੱਠੇ ਸਿੱਧੇ ਕਾਮਿਆਂ ਦੀ ਵਰਤੋਂ ਕਿੱਥੇ ਹੁੰਦੀ ਹੈ, ਵਾਕ ਦੇ ਅਖੀਰ ਵਿੱਚ, ਭਾਸ਼ਣ ਦੇਣ ਸਮੇਂ, ਜਾਂ ਫਿਰ ਕਵਿਤਾ ਦੀਆਂ ਸਤਰਾਂ ਲਿਖਣ ਸਮੇਂ, ਜਾਂ ਫਿਰ ਕਿਸੇ ਦੀ ਕਹੀ ਗੱਲ ਨੂੰ ਜਿਉਂਦਾ ਤਿਉਂ ਲਿਖਣ ਸਮੇਂ। ਸੋ ਦੋਸਤੋ ਦੋਹਰੇ ਜਿਹੜੇ ਪੁੱਠੇ ਕਾਮੇ ਹੁੰਦੇ ਆ ਜੀ ਉਹਨਾਂ ਦੀ ਜਦੋਂ ਆਪਾਂ ਵਰਤੋਂ ਕਰਦੇ ਹਾਂ, ਜਿਉਂ ਦੀ ਤਿਉਂ ਜਿਹੜੀ ਗੱਲ ਆਪਾਂ ਕਹਿਣੀ ਹੁੰਦੀ ਆਪਾਂ ਉੱਥੇ ਹੀ ਉਹਨਾਂ ਦੀ ਜਿਹੜੀ ਵਰਤੋਂ ਹੈ ਜੀ, ਕਿਸੇ ਦੀਆਂ ਕਈਆਂ ਗੱਲਾਂ ਨੂੰ ਆਪਾਂ ਉਦੋਂ ਹੀ ਇਹਦੀ ਜਿਹੜੀ ਵਰਤੋਂ ਹੈ ਜੀ ਉਹ ਕਰਦੇ ਹਾਂ। ਸੋ ਆਪਸ਼ਨ ਨੰਬਰ ਡੀ
ਇਹ ਤੁਹਾਡਾ ਸਹੀ ਜਵਾਬ ਹੈ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਹੱਥ ਸ਼ਬਦ ਦਾ ਬਹੁਵਚਨ ਕਿਹੜਾ ਹੈ? ਸੋ ਦੋਸਤੋ ਇਹ ਵੀ ਗ੍ਰਾਮੈਟੀਕਲ ਬੇਸਡ ਪ੍ਰਸ਼ਨ ਹੈ, ਇਹ ਤੁਸੀਂ ਦੱਸੋ ਹੱਥਾਂ, ਹੱਥੋਂ, ਹੱਥੀਂ ਜਾਂ ਫਿਰ ਹੱਥ। ਸੋ ਇਹਦਾ ਮੈਂ ਸਿੱਧਾ ਤੁਹਾਨੂੰ ਜਵਾਬ ਦੱਸੂਗਾ ਜੀ, ਕੋਈ ਐਕਸਪਲੇਨ ਨਹੀਂ ਕਰੂੰਗਾ। ਆਪਸ਼ਨ ਨੰਬਰ ਡੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਹੱਥ, ਹੱਥ ਸ਼ਬਦ ਦਾ ਜਿਹੜਾ ਬਹੁਵਚਨ ਹੁੰਦਾ ਹੈ ਉਹ ਹੱਥ ਹੀ ਹੁੰਦਾ ਹੈ। ਚਲਦੇ ਹਾਂ ਅੱਜ ਦੇ ਆਪਣੇ ਸੈਕਿੰਡ ਲਾਸਟ ਪ੍ਰਸ਼ਨ ਤੇ। ਸੈਕਿੰਡ ਲਾਸਟ ਜਿਹੜਾ ਪ੍ਰਸ਼ਨ ਹੈ ਜੀ, ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਉਪਭਾਸ਼ਾ ਕਿਹੜੀ ਹੈ? ਸੋ ਦੋਸਤੋ ਇਹ ਵੀ ਇੱਕ ਸਰਟੀਫਿਕੇਟ ਬੇਸਡ ਪ੍ਰਸ਼ਨ ਹੀ ਹੈ ਜੀ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਜਿਹੜੀ ਕਿਹੜੀ ਉਪਭਾਸ਼ਾ ਹੈ ਜੀ ਉਹ ਬੋਲੀ ਜਾਂਦੀ ਹੈ, ਮਾਝੀ, ਪੁਆਧੀ, ਮਲਵਈ ਜਾਂ ਫਿਰ ਦੁਆਬੀ। ਸੋ ਜੋ ਦੋਸਤੋ ਰੋਪੜ ਅਤੇ ਮੋਹਾਲੀ ਵਾਲੇ ਪਾਸੇ ਜਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਜੀ, ਉਹ ਕਿਹੜੀ ਬੋਲੀ ਜਾਂਦੀ ਹੈ? ਉਹ ਬੋਲੀ ਜਾਂਦੀ ਹੈ ਜੀ ਪੁਆਧੀ। ਸੋ ਦੋਸਤੋ ਆਪਸ਼ਨ ਨੰਬਰ ਬੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਤੇ। ਲਾਸਟ ਜਿਹੜਾ ਪ੍ਰਸ਼ਨ ਹੈ ਜੀ, ਕਵਿਤਾ ਦੀ ਕਿਹੜੀ ਸਿੱਖਿਆ ਵਿਧੀ ਛੋਟੇ ਬੱਚਿਆਂ ਲਈ ਉੱਤਮ ਮੰਨੀ ਜਾਂਦੀ ਹੈ? ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਕੀ ਪੜਾਉਣਾ ਹੈ ਜੀ, ਕੀ ਮਤਲਬ ਕੁਝ ਪੜਾਉਣਾ ਹੈ, ਕਵਿਤਾ ਪੜਾਉਣੀ ਹੈ। ਸੋ ਦੋਸਤੋ ਤੁਸੀਂ ਮਤਲਬ ਕਿ ਕਿਹੜਾ ਮੈਥਡ ਬਹੁਤ ਜ਼ਿਆਦਾ ਵਧੀਆ ਮੰਨਦੇ ਹੋ ਕਿ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਜਾਏਗੀ ਜਿਹੜੀ ਵੀ ਤੁਸੀਂ ਗੱਲ ਸਮਝਾਓਗੇ? ਕਿ ਉਹ ਸ਼ਬਦਾਰਥ ਵਿਧੀ ਹੈ, ਕਿ ਉਹ ਗੀਤ ਅਤੇ ਨਾਟ ਵਿਧੀ ਹੈ, ਜਾਂ ਫਿਰ ਉਹ ਪ੍ਰਸ਼ਨ ਉੱਤਰ ਵਿਧੀ ਹੈ, ਜਾਂ ਫਿਰ ਵਿਆਖਿਆ ਵਿਧੀ ਹੈ। ਸੋ ਦੋਸਤੋ ਜੇਕਰ ਤੁਸੀਂ ਛੋਟੇ ਬੱਚਿਆਂ ਨੂੰ ਪੜਾਉਣਾ ਹੈ ਤੇ ਉਹਦੇ ਲਈ ਗੀਤ ਅਤੇ ਨਾਟ ਵਿਧੀ, ਕਿਉਂਕਿ ਉਹ ਇੰਜੋਏ ਕਰਨਗੇ ਉਹਨੂੰ, ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਉਹਨੂੰ ਕਾਰਨਾਂ ਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲੇਗਾ। ਸੋ ਇਹਦੇ ਰਾਹੀਂ ਇਹਨਾਂ ਜਿਹੜਾ ਲੈਸਨ ਹੈ ਜੀ ਉਹ ਕਾਫੀ ਇੰਟਰਸਟਿੰਗ ਹੋ ਜਾਏਗਾ। ਸੋ ਇਹਦੇ ਕਰਕੇ ਉਹਨਾਂ ਨੂੰ ਕਹਿ ਲਓ ਵੀ ਇਹ ਜਿਹੜੀ ਵਿਧੀ ਹੈ ਉੱਤਮ ਮੰਨੀ ਜਾਂਦੀ ਹੈ। ਸੋ ਆਪਸ਼ਨ ਨੰਬਰ ਬੀ ਕੀ ਹੈ ਜੀ, ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਸੈਸ਼ਨ ਨੂੰ ਕਰਦੇ ਹਾਂ ਖਤਮ। ਸੈਸ਼ਨ ਪਸੰਦ ਆਇਆ ਹੋਵੇ ਤੁਹਾਨੂੰ ਲਾਈਕ ਜ਼ਰੂਰ ਕਰਿਓ ਜੀ। ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰ ਲਿਓ, ਜਿਹੜਾ ਬੈਲ ਆਇਕਨ ਹੈ ਉਹ ਵੀ ਪ੍ਰੈਸ ਕਰ ਲਿਓ। ਸੋ ਦੋਸਤੋ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਗੋਡ ਬਲੈਸ ਯੂ ਆਲ।